ਚੰਨੀ ਨੇ ਜਵਾਬ ਦਿੱਤਾ ਅਤੇ ਅਸੀਂ ਪੈਚ ਵਰਕ ਕੀਤੇ ਨੇ ਹਿੰਦੂ ਪੰਜਾਬ ਦੇ ਵਿੱਚ। ਪੰਜਾਬ ਦੀਆਂ ਜਿੰਨੀਆਂ ਸੜਕਾਂ ਉਹਨਾਂ ਦੀ ਸਾਰਿਆਂ ਦੀ ਪੈਚ ਵਰਕ ਉਹਨਾਂ ਨੇ ਕਰਾਇਆ ਕਿ ਨਹੀਂ। ਇੱਥੋਂ ਲਿਆਕਤ ਪਤਾ ਲੱਗਦੀ ਹੈ ਵੀ ਬੰਦੇ ਦੀ ਕੈਪੇਬਿਲਿਟੀ ਲਿਆਕਤ ਕੀ ਹੈ ਔਰ ਬੋਡੀ ਲੈਂਗੁਏਜ ਕੀ ਹੈ। ਚੰਨੀ ਦੀ ਬੈਕਗਰਾਊਂਡ ਜਿਹੜੀ ਹੈ ਮਾਂਗਰ ਦੀ ਅਤੇ ਮੌਕਾ ਪ੍ਰਸਤ ਹੈ। 13 ਸੀਟਾਂ ਜਿਹੜੀਆਂ ਅਨਾਊਂਸ ਹੋਈਆਂ, ਮੇਰੇ ਖਿਆਲ ਉਹ 'ਚ 4 ਐਸੇ ਕੈਂਡੀਡੇਟ ਨੇ ਜਿਹੜੇ ਕਾਂਗਰਸ ਨਾਲ ਸਮਾਧਰ ਹੁੰਦੇ, ਬਾਕੀ ਤਾਂ ਆਇਆ ਰਾਮ ਗਿਆ ਰਾਮ। ਚੰਨੀ ਦਾ ਜਿਹੜਾ ਬੜਾ ਭਰਾ ਹੈ ਮਨਮੋਹਨ ਸਿੰਘ, ਉਹ ਸਿਟੀ ਸਕੈਮ ਜਿਹੜਾ ਸੈਂਟਰ 100 ਕਰੋੜ ਦਾ ਖਲਫਲਾ ਹੋਇਆ ਹੈ ਉਹਦੇ 'ਚ ਕੋ ਅਕਿਊਜ਼ਡ ਹੈ। ਉਹਦੇ ਕਰਕੇ ਇਹਨਾਂ ਦੀਆਂ ਨਜ਼ਦੀਕੀਆਂ ਕੈਪਟਨ ਨਾਲ ਜ਼ਿਆਦਾ ਸੀ। ਕੈਪਟਨ ਦੀ ਵਜ੍ਹਾ ਕਰਕੇ ਇਹ ਟਿਕਟ ਵੀ ਲੈਣਾ ਚਾਹੁੰਦੇ ਤੇ, ਉਸ ਟਾਈਮ 2007 ਟਿਕਟ ਨਹੀਂ ਮਿਲੀ। ਮਜੀਠੀਏ ਨੇ ਵੀ ਕਿਹਾ ਤਾ ਕਿ ਚੰਨੀ ਮੇਰੀਆਂ ਮਿੰਨਤਾਂ ਕਰਦਾ ਫਿਰਦਾ ਸੀ। ਮੈਂ ਪਾਰਟੀ ਦਾ ਫਾਊਂਡਰ ਮੈਂਬਰ, ਮੈਂ ਕੋਈ ਪਾਰਟੀ ਮੈਂ ਚਮਚਾ ਨਹੀਂ ਹਾਂ। ਪੰਜਾਬ ਦੇ ਵਿੱਚ ਗੈਰ ਕਾਨੂੰਨੀ ਸ਼ਰਾਬ ਦੀਆਂ ਫੈਕਟਰੀਆਂ ਚੱਲੀਆਂ 13, 4 ਪਟਿਆਲੇ, ਉਹ ਕੈਪਟਨ ਅਮਰਿੰਦਰ ਸਿੰਘ ਪ੍ਰਨੀਤ ਕੌਰ ਜੋ ਉਸ ਟਾਈਮ ਜੀ ਮੈਂਬਰ ਪਾਰ, ਉਹ ਵੀ ਸਰਪ੍ਰਸਤੀ ਕਿਹਾ ਜਾਂਦਾ ਹੈ ਕਿ ਕਾਂਗਰਸ ਨੂੰ ਹਰਾਉਣ ਦੇ ਲਈ ਕਾਂਗਰਸ ਦੇ ਲੀਡਰ ਹੀ ਕਾਫੀ ਨੇ, ਕਿਉਂਕਿ ਕਾਂਗਰਸ ਦੇ ਅੰਦਰ ਧੜੇਬੰਦੀ ਹੱਦ ਤੋਂ ਵੱਧ ਜ਼ਿਆਦਾ ਹੁੰਦੀ ਹੈ। ਲਗਾਤਾਰ ਸਵਾਲ ਕਾਂਗਰਸ ਦੇ ਲੀਡਰਾਂ ਨੂੰ ਲੈ ਕੇ ਕਾਂਗਰਸ ਦੇ ਲੀਡਰ ਹੀ ਚੁੱਕਦੇ ਨੇ। ਇਸ ਵਾਰ ਵੀ ਸਵਾਲ ਲਗਾਤਾਰ ਕਾਂਗਰਸ ਦੇ ਲੀਡਰਾਂ ਨੂੰ ਲੈ ਕੇ ਚੁੱਕੇ ਜਾ ਰਹੇ ਨੇ ਕਾਂਗਰਸ ਦੇ ਟਕਸਾਲੀ ਲੀਡਰਾਂ ਦੇ ਵੱਲੋਂ। ਮੇਰੇ ਨਾਲ ਸ਼ਮਸ਼ੇਰ ਸਿੰਘ ਦੁੱਲੋ ਨੇ, ਸਾਬਕਾ ਕਾਂਗਰਸ ਦੇ ਪ੍ਰਧਾਨ ਨੇ, ਸਾਬਕਾ ਰਾਜ ਸਭਾ ਮੈਂਬਰ ਪਾਰਲੀਮੈਂਟ ਵੀ ਨੇ। ਦੁੱਲੋ ਸਾਹਿਬ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਤੁਹਾਡਾ ਵੀ ਪੱਕਾ ਜੀ ਬਹੁਤ ਧੰਨਵਾਦ, ਔਰ ਸਰੋਤਿਆਂ ਦਾ ਵੀ ਬਹੁਤ ਬਹੁਤ, ਉਹਨਾਂ ਨੂੰ ਸਤਿ ਸ਼੍ਰੀ ਅਕਾਲ, ਫਤਿਹ ਬੁਲਾਉਣੀ ਹੈ। ਦੁੱਲੋ ਸਾਹਿਬ, ਤੁਸੀਂ ਟਿਕਟਾਂ ਨੂੰ ਲੈ ਕੇ ਸਵਾਲ ਚੱਕ ਰਹੇ ਹੋ, ਹੁਣ ਤਾਂ ਸਿਖਰਾਂ ਦੇ ਉੱਤੇ ਇਲੈਕਸ਼ਨ ਪੂਰੇ ਮੋੜ ਦੇ ਵਿੱਚ, ਤੁਹਾਨੂੰ ਕਿਉਂ ਲੱਗਦਾ ਹੈ ਕਿ ਟਿਕਟਾਂ ਸਹੀ ਨਹੀਂ ਵੰਡੀਆਂ ਗਈਆਂ? ਤੁਹਾਨੂੰ ਕਿਉਂ ਲੱਗਦਾ ਹੈ ਕਿ ਜਿਹੜੇ ਕੈਂਡੀਡੇਟ ਉਤਾਰੇ ਗਏ ਕਿਉਂ ਸਵਾਲ ਚੁੱਕੇ ਜਾ ਰਹੇ? ਦੇਖੋ, ਟਿਕਟਾਂ ਦੀ ਵੰਡ ਜਿਹੜੀ ਹੈ, ਮੈਂ ਸਮਝਦਾ ਕਿ ਇਹ ਪਿੱਕ ਐਂਡ ਚੂਜ਼ ਹੋਈ ਹੈ ਕਾਂਗਰਸ ਪਾਰਟੀ ਵੱਲੋਂ, ਔਰ ਲੋਕਲ ਲੀਡਰ ਜਿਹੜੇ ਕਿ ਪਾਪੂਲਰ ਲੀਡਰ ਸੀ, ਜਿਹਨੇ ਜਿਹੜੇ ਲੀਡਰਾਂ ਦੀਆਂ ਕੁਰਬਾਨੀਆਂ ਨੇ, ਜਿਹੜੇ ਔਖੇ ਦਿਨਾਂ 'ਚ ਮਿਲੀਟੈਂਸੀ ਦੇ ਜ਼ਮਾਨੇ 'ਚ ਕਾਂਗਰਸ ਦੇ ਨਾਲ ਖੜ੍ਹੇ ਨੇ ਔਰ ਪਾਪੂਲਰ ਨੇ ਔਰ ਵਿਨਿੰਗ ਪੁਜੀਸ਼ਨ 'ਤੇ ਉਹ ਜਿੱਤਣ ਦੇ ਕਾਬਲ ਸੀ, ਲੋਕ ਉਹਨਾਂ ਨੂੰ ਪਸੰਦ ਕਰਦੇ ਸੀ, ਇਹੋ ਜਿਹੇ ਲੀਡਰ ਸਾਹਿਬਾਨ ਨੂੰ ਦਰਕਿਨਾਰ ਕਰਕੇ ਪਿੱਕ ਐਂਡ ਚੂਜ਼ ਕੀਤੀ ਹੈ। ਇਹ ਕਹਿੰਦੇ ਵੱਲੋਂ ਕੀਤੀ ਗਈ? 13 ਸੀਟਾਂ ਜਿਹੜੀਆਂ ਅਨਾਊਂਸ ਹੋਈਆਂ, ਮੇਰੇ ਖਿਆਲ ਉਹ 'ਚ 4 ਐਸੇ ਕੈਂਡੀਡੇਟ ਨੇ ਜਿਹੜੇ ਕਾਂਗਰਸ ਨਾਲ ਸੰਬੰਧ ਰੱਖਦੇ ਨੇ, ਬਾਕੀ ਤਾਂ ਆਇਆ ਰਾਮ ਗਿਆ ਰਾਮ ਹੀ ਹੈ। ਕਿਹੜੇ ਲੀਡਰਾਂ ਤੋਂ ਤੁਸੀਂ ਜ਼ਿਕਰ ਕਰ ਰਹੇ ਹੋ, ਕਿਹਨਾਂ ਦਾ ਨਾਂ ਲੈ ਰਹੇ ਹੋ ਤੁਸੀਂ? ਮੈਂ ਜਿਹੜੀ ਗੱਲ ਕਰਦਾ ਵੀ 4 ਸੀਟਾਂ ਐਸੀਆਂ ਹੈ, ਜਿਵੇਂ ਸੁੱਖੀ ਰੰਧਾਵਾ ਹੋਇਆ ਉਹ ਕਾਂਗਰਸ ਫੈਮਲੀ ਨੂੰ ਬਿਲੋਂਗ ਕਰਦਾ, ਠੀਕ ਹੈ, ਇਸੇ ਤਰ੍ਹਾਂ ਔਜਲਾ ਨੇ, ਇਸੇ ਤਰ੍ਹਾਂ ਤੁਸੀਂ ਆਪਣੇ ਆ ਜੋ ਜਿਹੜਾ ਕਾਂਗਰਸ ਦਾ ਟਿਕਟ ਜਿਹਨੂੰ ਦਿੱਤਾ ਗਿਆ ਹੈ, ਇਹ ਆਪਣੇ ਇਹ ਗੁਰਦਾਸਪੁਰ ਹੋ ਗਿਆ ਅਤੇ ਉਹ ਹੋ ਗਿਆ ਆਪਣਾ, ਅਤੇ ਜਿਹੜਾ ਘਵਾਇਆ ਵੀ ਆਇਆ ਇਹ ਵੀ ਅਕਾਲੀ ਦਲ 'ਚੋਂ ਹੀ ਆਇਆ ਹੋਇਆ ਹੈ ਜੀ, ਜਿਹੜਾ ਆਪਣੇ ਖਡੂਰ ਸਾਹਿਬ ਤੋਂ ਜਿਹਨੂੰ ਦਿੱਤਾ ਗਿਆ ਹੈ, ਇਹ ਜਿਹੜੀ ਇਹ ਫੈਮਿਲੀ ਜਿਹੜੀ ਹੈ ਟ੍ਰੈਡੀਸ਼ਨਲੀ ਫੈਮਿਲੀ, ਕਿਸੇ ਟਾਈਮ ਪਰ ਉਹ ਖਾਲਿਸਤਾਨੀ ਫੈਮਿਲੀ ਹੁੰਦੀ ਸੀ, ਇਹ
ਬਾਕੀ ਤਾਂ ਸਭ ਤੁਸੀਂ ਦੇਖੋ ਇੱਥੇ ਜਿਹੜਾ ਹੈ ਦਿੱਤਾ ਗਿਆ ਹੈ ਉਹ ਪੁਰਾਣਾ ਬਿਊਰੋਕਰੈਟ ਹੈ ਔਰ ਇਹ ਜਿਹਨਾਂ ਦੇ ਸਰਵੇ ਹੋਏ ਨੇ ਪਾਰਟੀ ਦੇ ਵਿੱਚ ਸਾਰੇ ਜਿਹੜੇ ਸਾਡੇ ਸਿਟਿੰਗ ਐਮ ਪੀ ਤੇ ਉਹ ਸਾਰੇ ਚਾਰ ਚਾਰ ਚੰਨ ਤਿੰਨ ਸਰਵੇ ਹੋਏ ਉਹਨਾਂ 'ਚ ਸਾਰਿਆਂ 'ਚ ਹਰਦੇ ਤੇ ਔਰ ਚਰਨਜੀਤ ਸਿੰਘ ਚੰਨੀ ਦਲਿਤ ਵੱਡੇ ਲੀਡਰ ਨੇ ਕਹਿੰਦੇ ਉਹਨਾਂ ਦੇ ਆਉਣ ਦੇ ਨਾਲ ਜਲੰਧਰ ਹੁਸ਼ਿਆਰਪੁਰ ਆਨੰਦਪੁਰ ਸਾਹਿਬ ਤਿੰਨ ਸੀਟਾਂ ਦੇ ਉੱਤੇ ਅਸਰ ਪਏਗਾ ਔਰ ਚੰਨੀ ਹੋਰਾਂ ਨੂੰ ਕਾਂਸ਼ੀਰਾਮ ਦੇ ਤੌਰ 'ਤੇ ਵੀ ਦੇਖਿਆ ਜਾ ਰਿਹਾ ਇੱਕ ਵੱਡੇ ਲੀਡਰ ਦੇ ਤੌਰ 'ਤੇ ਚੰਨੀ ਹੋਰਾਂ ਦੇਖਿਆ ਜਾ ਰਿਹਾ ਦੇਖੋ ਜਿਹੜਾ ਚੰਨੀ ਦੀ ਪ੍ਰੋਡਕਸ਼ਨ ਹੈ ਇਹ ਮੈਂ ਸਮਝਦਾ ਹੈ ਇਹ ਤਾਂ 12 'ਚ ਕਾਂਗਰਸ ਸੈਂਟਰ ਕੀਤਾ ਇਹਦੀ ਬੈਕਗਰਾਊਂਡ ਲੋਕਾਂ ਨੂੰ ਦੁਆਬੀਆਂ ਨੂੰ ਪਤਾ ਨਹੀਂ ਕਿ ਇਹਦੀ ਬੈਕਗਰਾਊਂਡ ਕੀ ਹੈ ਚੰਨੀ ਦੀ ਬੈਕਗਰਾਊਂਡ ਜਿਹੜੀ ਹੈ ਮੈਂ ਕਿਉਂਕਿ ਮੈਂ 1980 ਦੇ ਵਿੱਚ MLA ਵੀ ਰਿਹਾ ਅਤੇ ਜਨਰਲ ਸੈਕਟਰੀ ਵੀ ਰਿਹਾ ਰੋਪੜ ਜ਼ਿਲ੍ਹਾ ਸੰਗਰੂਰ ਜ਼ਿਲ੍ਹਾ ਪਟਿਆਲਾ ਜ਼ਿਲ੍ਹਾ ਇਹ ਜਿਹੜੀ ਇਹ ਫੈਮਿਲੀ ਜਿਹੜੀ ਹੈ ਤਾਂ ਅਕਾਲੀ ਦਲ ਨਾਲ ਰਹੀ ਹੈ ਫੈਮਿਲੀ 2007 ਦੇ ਵਿੱਚ ਇਹ ਅਜੇ ਬਤੌਰ ਕੈਪਟਨ ਇਹਨਾਂ ਦੀਆਂ ਬੜੀਆਂ ਨੇੜਤਾਵਾਂ ਨੇ ਇਸ ਫੈਮਿਲੀ ਦੀਆਂ ਕਿਉਂਕਿ ਚੰਨੀ ਦਾ ਜਿਹੜਾ ਬੜਾ ਭਰਾ ਹੈ ਮਨਮੋਹਨ ਸਿੰਘ ਉਹ ਸਿਟੀ ਸਕੈਮ ਜਿਹੜਾ ਸੈਂਟਰ 100 ਕਰੋੜ ਦਾ ਘਪਲਾ ਹੋਇਆ ਹੈ ਉਹਦੇ 'ਚ ਕੋ ਅਕਿਊਜ਼ਡ ਹੈ ਉਹਦੇ ਕਰਕੇ ਇਹਨਾਂ ਦੀਆਂ ਨਜ਼ਦੀਕੀਆਂ ਕੈਪਟਨ ਨਾਲ ਜ਼ਿਆਦਾ ਸੀ ਕੈਪਟਨ ਦੀ ਵਜ੍ਹਾ ਕਰਕੇ ਇਹ ਟਿਕਟ ਵੀ ਲੈਣਾ ਚਾਹੁੰਦੇ ਤੇ ਉਸ ਟਾਈਮ 2007 'ਚ ਟਿਕਟ ਨਹੀਂ ਮਿਲੀ ਫਿਰ ਇਹ ਆਜ਼ਾਦ ਖੜਿਆ ਸਰਕਾਰ ਕੈਪਟਨ ਦੀ ਤੀ ਕੈਪਟਨ ਨੇ ਆਊਟ ਆਫ ਇਹਦੀ ਮਦਦ ਕਰਕੇ ਉਹ ਜਿੱਤ ਗਿਆ ਜਿੱਤ ਕੇ ਕਿਉਂਕਿ ਬਾਦਲ ਸਾਹਿਬ ਆ ਗਏ ਸੀ ਮਨਮੋਹਨ ਸਿੰਘ ਸਿਟੀ ਸਕੈਮ ਦੇ ਵਿੱਚ ਮੁਲਜ਼ਮ ਸੀਗਾ ਇਹ ਫਿਰ ਬਾਦਲ ਨੂੰ ਐਸੋਸੀਏਸ਼ਨ ਮੈਂਬਰ ਬਣ ਗਿਆ ਸੀ ਔਰ ਉਹਦੇ ਬਾਅਦ ਇਹ 2007 'ਚ 9 ਦੇ ਵਿੱਚ ਇਹ ਫਿਰ ਜਦੋਂ PP ਇੱਕ ਪਾਰਟੀ ਬਣੀ ਮਨਪ੍ਰੀਤ ਬਾਦਲ ਨੇ ਉਦੋਂ ਇਹ PP ਨਾਲ ਹੋ ਗਿਆ 9 ਤੋਂ ਬਾਅਦ ਜਦ ਬਾਦਲ ਨੇ ਇਹਦੇ ਭਰਾ ਨੂੰ ਚੱਕਿਆ ਅਰੈਸਟ ਕੀਤਾ 2-3 ਮਹੀਨੇ ਜੇਲ੍ਹ 'ਚ ਰੱਖਿਆ ਫਿਰ ਤੈਨੂੰ ਤੁਹਾਡੇ ਯਾਦ ਹੋਊਗਾ ਵੀ ਮਜੀਠੀਏ ਨੇ ਵੀ ਕਿਹਾ ਤਾ ਕਿ ਚੰਨੀ ਮੇਰੀਆਂ ਮਿੰਨਤਾਂ ਕਰਦਾ ਫਿਰਦਾ ਸੀ ਜਦੋਂ ਇਹਦੇ ਭਰਾ ਨੂੰ ਫੜਿਆ ਸੀ ਇਸ ਕਰਕੇ ਇਹਦੀ ਜਿਹੜੀ ਬੈਕਗਰਾਊਂਡ ਹੈ ਉਹ ਕਾਂਗਰਸ ਦੀ ਵੀ ਹੈ ਇਹ ਮੌਕਾ ਪ੍ਰਸਤ ਹੈ ਮੌਕਾ ਪ੍ਰਸਤ ਹੈ 12 'ਚ ਇਹ ਕਾਂਗਰਸ ਜੁਆਇਨ ਕੀਤੀ ਹੈ ਔਰ 12 ਦੇ ਵਿੱਚ 3 ਸਾਲ ਬਾਅਦ ਤੁਸੀਂ ਇਹ ਦੇਖੋ ਵੀ ਇਹ CLP ਦਾ ਪੰਜਾਬ ਦਾ ਲੀਡਰ ਸੁਨੀਲ ਜਾਖੜ ਜਿਹੜਾ ਅੱਜ ਕੱਲ੍ਹ BJP ਦਾ ਪ੍ਰੈਜੀਡੈਂਟ ਹੈ ਉਹਨੂੰ ਲਾ ਕੇ ਇਹਨੂੰ CLP ਦਾ ਲੀਡਰ ਬਣਾਇਆ ਔਰ CLP ਦੇ ਲੀਡਰ ਦੇ ਤੌਰ 'ਤੇ ਇਹਦੀ ਪਰਫੋਰਮੈਂਸ ਜਿਹੜੀ ਰਹੀ ਹੈ ਔਰ ਉਹ ਮਜ਼ਾਕੀਆ ਰਹੀ ਹੈ ਜਦੋਂ ਵੀ ਇਹ ਬੋਲਦਾ ਸੀ ਲੋਕਾਂ 'ਚ ਹਾਸਾ ਆ ਜਾਂਦਾ ਸੀ ਅਸੈਂਬਲੀ 'ਚ ਔਰ ਮੈਂ ਯਾਦ ਕਰਾਉਣਾ ਚਾਹੁੰਦਾ ਸੁਖਬੀਰ ਬਾਦਲ ਨੇ ਕਿਹੜਾ ਇਹਨੂੰ ਪੁੱਛਿਆ ਕਿ ਅਸੀਂ ਤਾਂ ਚਲੋ CLP ਦੇ ਲੀਡਰ ਦੇ ਤੌਰ 'ਤੇ ਇਹਨੂੰ ਪੁੱਛਿਆ ਤੁਸੀਂ ਦੱਸੋ ਕਿ ਤੁਹਾਡੀ ਅਚੀਵਮੈਂਟ ਕਿਆ ਹੈ ਹਾਊਸ ਦੇ ਵਿੱਚ ਹਾਊਸ ਚੱਲ ਰਿਹਾ ਸੀ ਤਾਂ ਚੰਨੀ ਨੇ ਜਵਾਬ ਦਿੱਤਾ ਅਤੇ ਅਸੀਂ ਪੈਚ ਵਰਕ ਕੀਤੇ ਨੇ ਪੰਜਾਬ ਦੇ ਵਿੱਚ ਇੱਥੋਂ ਲਿਆਕਤ ਪਤਾ ਲੱਗਦੀ ਹੈ ਵੀ ਬੰਦੇ ਦੀ ਕੈਪੇਬਿਲਿਟੀ ਲਿਆਕਤ ਕੀ ਹੈ ਔਰ ਬੋਡੀ ਲੈਂਗੁਏਜ ਕੀ ਹੈ ਇਸ ਕਰਕੇ ਪਤਾ ਨਹੀਂ ਸਾਡੀ ਪਾਰਟੀ ਨੇ ਚੰਨੀ ਦੇ ਵਿੱਚ ਕਿਆ ਦੇਖਿਆ ਇਹ ਜ਼ਰੂਰ ਹੈ ਵੀ ਬੜਾ ਬਿਜ਼ਨਸਮੈਨ ਹੈ ਜੀ ਕਰੋੜਪਤੀ ਆਦਮੀ ਹੈ ਹੋਰ ਤਾਂ ਕੋਈ ਕੁਆਲਿਟੀ ਨਹੀਂ ਲੇਕਿਨ ਚੰਨੀ ਹੋਰਾਂ ਨੂੰ ਲੈ ਕੇ ਤੁਸੀਂ ਜਿਹੜੀਆਂ ਟਿੱਪਣੀਆਂ ਹੁਣ ਕਰ ਰਹੇ ਹੋ ਇਲੈਕਸ਼ਨ ਦੇ ਬਿਲਕੁਲ ਨੇੜੇ ਆ ਕੇ ਤੁਹਾਨੂੰ ਲੱਗਦਾ ਨਹੀਂ ਕਿ ਕਾਂਗਰਸ ਨੂੰ ਨੁਕਸਾਨ ਹੋਵੇਗਾ ਤੁਸੀਂ ਕਾਂਗਰਸ ਦੇ ਟਕਸਾਲੀ ਲੀਡਰ ਹੋ
ਮੈਂ ਜਿਵੇਂ ਸ਼ੁਰੂਆਤ 'ਚ ਕਿਹਾ ਸੀ ਕਿ ਕਾਂਗਰਸ ਨੂੰ ਹਰਾਉਣ ਲਈ ਕਾਂਗਰਸ ਦੇ ਲੀਡਰ ਹੀ ਕਾਫੀ ਨੇ, ਤੁਹਾਡੀਆਂ ਟਿੱਪਣੀਆਂ ਕਾਂਗਰਸ ਦੇ ਖਿਲਾਫ ਜਾ ਰਹੀਆਂ ਨੇ, ਕੱਲ ਨੂੰ ਤੁਹਾਡੇ 'ਤੇ ਨੋਟਿਸ ਹੋ ਸਕਦਾ, ਐਕਸ਼ਨ ਹੋ ਸਕਦਾ? ਮੈਂ ਪਾਰਟੀ ਦਾ ਫਾਊਂਡਰ ਮੈਂਬਰ ਹਾਂ, ਮੈਂ ਕੋਈ ਪਾਰਟੀ ਮੈਂ ਚਮਚਾ ਨਹੀਂ ਹੈ। ਮੈਂ ਇਹ ਕਾਂਗਰਸ ਦਾ ਜਿਹੜਾ ਕਲਚਰ ਹੈ ਨਾ, ਉਹ ਚੰਗੇ ਬੰਦਿਆਂ ਦਾ, ਕਲੀਨ ਇਮੇਜ ਵਾਲੇ ਬੰਦਿਆਂ ਦਾ, ਜਿਹੜੇ ਕਾਂਗਰਸ ਦਾ ਕਲਚਰ, ਅਫਸੋਸ ਹੈ ਕਿ ਪਾਰਟੀਆਂ ਦਾ ਕਲਚਰ ਬਦਲਦਾ ਜਾ ਰਿਹਾ। ਹੁਣ ਪਾਰਟੀਆਂ ਦੇ ਵਿੱਚ ਅੱਗੇ ਤਾਂ ਜਿਹੜੀਆਂ ਟਿਕਟਾਂ ਦੀ ਵੰਡ ਵੀ ਹੁੰਦੀ ਸੀ, ਥੱਲਿਓਂ ਬਲਾਕ ਤੋਂ ਰਿਕਮੈਂਡ ਕੀਤੀ ਜਾਂਦੀ ਸੀ, ਥੱਲਿਓਂ ਜਾਂਦੀ ਸੀ। ਹੁਣ ਤਾਂ ਉੱਪਰੋਂ ਆਉਂਦੇ ਨੇ, ਹੁਣ ਤਾਂ ਪੁੱਛਿਆ ਜਾਂਦਾ ਵੀ ਪੈਸੇ ਕਿੰਨੇ ਕੁ ਲਾ ਦੂਗੇ। ਪਰ ਮੈਂ ਜਿਹੜੀ ਗੱਲ ਕਰਦਾ, ਤੁਸੀਂ ਸੀਨੀਅਰ ਲੋਕ ਲੀਡਰ ਸਭਾ ਨੂੰ, ਖਾਸ ਤੌਰ 'ਤੇ ਆ ਜਿਹੜੀ ਸ਼ਡਿਊਲ ਕਾਸਟ ਲੀਡਰਸ਼ਿਪ ਹੈ, ਉਹਨੂੰ ਘਰ ਕੋਰਨਰ ਕਰਕੇ, ਜਿਨ੍ਹਾਂ ਦੀਆਂ ਕੁਰਬਾਨੀਆਂ, ਇੱਕ ਡਿਫੈਕਟਰ ਹੈ ਜਿਹੜਾ ਚਾਰ ਪਾਰਟੀਆਂ ਬਦਲ ਕੇ ਆਇਆ, ਉਹਨੂੰ ਤੁਸੀਂ ਟਿਕਟ ਦਿੰਦੇ ਹੋ, ਔਰ ਉਹਨੂੰ ਤੁਸੀਂ 12 'ਚ, 15 'ਚ CLP ਦਾ ਲੀਡਰ, 17 'ਚ ਕੈਬਨਿਟ ਮੰਤਰੀ, ਫਿਰ ਮੰਤਰੀ ਦੇ ਤੌਰ 'ਤੇ SC ਦੇ ਤੌਰ 'ਤੇ ਪ੍ਰੋਜੈਕਟ ਕੀਤਾ। ਇਹ ਕਈ ਵਾਰ ਇਹ ਕਿਹਾ ਗਿਆ ਕਿ ਸ਼ਾਇਦ ਇਹ ਕਾਂਗਰਸ ਲਈ ਲਾਭਦਾਇਕ ਹੋਏਗਾ, 17 'ਚ ਇਹਨੂੰ ਕੈਬਨਿਟ ਬਣਾਇਆ, ਐਜ਼ ਕੈਬਨਿਟ ਦੇ ਮਿਨਿਸਟਰ ਦੇ ਤੌਰ 'ਤੇ ਇਹਦੇ ਆਪਣੇ ਮਹਿਕ ਵਿੱਚ, ਜਦੋਂ ਇਹ ਟੈਕਨੀਕਲ ਮਿਨਿਸਟਰ ਸੀਗਾ, ਸਕੈਮ ਹੋਏ, ਸਕਾਲਰਸ਼ਿਪ ਸਕੈਮ, ਜਿਹੜਾ ਬਹੁਤ ਬੜਾ ਸਕੈਮ ਹੋਇਆ। ਔਰ 20 ਦੇ ਵਿੱਚ ਤੁਹਾਡੇ ਯਾਦ ਹੋਊਗਾ ਪੰਕਜ ਜੀ, ਮੈਂ ਤੁਹਾਨੂੰ ਇੰਟਰਵਿਊ ਵੀ ਦਿੱਤੀਆਂ, ਪੰਜਾਬ ਦੇ ਵਿੱਚ ਗੈਰ ਕਾਨੂੰਨੀ ਸ਼ਰਾਬ ਦੀਆਂ ਫੈਕਟਰੀਆਂ ਚੱਲੀਆਂ 13, 4 ਪਟਿਆਲੇ 'ਚ, ਉਹ ਕੈਪਟਨ ਅਮਰਿੰਦਰ ਸਿੰਘ, ਪਰਨੀਤ ਕੌਰ ਜੋ ਉਸ ਟਾਈਮ ਦੀ ਮੈਂਬਰ ਪਾਰ, ਉਹਦੀ ਸਰਪ੍ਰਸਤੀ 'ਚ ਚੱਲਦੀਆਂ ਸੀ। ਲੇਕਿਨ ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ, CM ਦੇ ਤੌਰ 'ਤੇ ਉਹਨਾਂ ਨੂੰ ਦੇਖਿਆ ਗਿਆ, ਦਲਿਤ ਚਿਹਰੇ ਦੇ ਵੱਡੇ ਤੌਰ ਲੀਡਰ ਦੇ ਤੌਰ 'ਤੇ ਚੰਨੀ ਹੋਰਾਂ ਨੂੰ ਦੇਖਿਆ ਜਾ ਰਿਹਾ ਹੈ, ਔਰ ਕਾਂਗਰਸ ਦਾ ਇੱਕ ਫੇਸ, ਸਭ ਤੋਂ ਵੱਡਾ ਫੇਸ ਪੰਜਾਬ 'ਚ ਨਜ਼ਰ ਆਉਂਦੇ ਨੇ। ਫੇਸ ਤਾਂ ਜਿਵੇਂ ਬਣਾਉਂਦੇ ਆ, ਜਾਂ ਤਾਂ ਮੀਡੀਆ ਬਣਾ ਦਿੰਦਾ ਹੈ ਜੀ, ਮੀਡੀਆ ਵਾਲੇ, ਕਿਉਂਕਿ ਮੀਡੀਆ ਵੀ ਅਸੀਂ ਦੇਖਦੇ ਹਾਂ ਕਿ ਮੀਡੀਆ ਜੀ, ਡੈਮੋਕ੍ਰੇਸੀ ਦੇ ਵਿੱਚ ਮੀਡੀਆ ਨੂੰ ਵੀ ਇੰਡੀਪੈਂਡੈਂਟ ਰੋਲ ਅਦਾ ਕਰਨਾ ਚਾਹੀਦਾ ਹੈ, ਜੋ ਸਹੀ ਗੱਲ ਹੈ। ਤੁਹਾਡੀ ਪਾਰਟੀ ਹਾਈਕਮਾਂਡ ਨੇ ਬਣਾਇਆ, CM ਉਹਨਾਂ ਨੇ ਬਣਾਇਆ, ਮੁੱਖ ਮੰਤਰੀ ਉਹਨਾਂ ਨੇ ਬਣਾਇਆ। ਦੇਖੋ, ਮੀਡੀਆ ਨੇ ਵੀ ਪ੍ਰੋਜੈਕਟ ਕਰਨਾ ਹੁੰਦਾ, ਚੰਗੇ ਨੂੰ ਚੰਗਾ ਕਹੋ, ਮਾੜੇ ਨੂੰ ਮਾੜਾ ਕਹੋ। ਚੰਨੀ ਚੰਗੇ ਨਹੀਂ ਹੈ, ਮੈਂ ਇਹ ਜਿਹੜਾ ਹਾਈਕਮਾਂਡ ਹੈ, ਹਾਈਕਮਾਂਡ ਹੀ ਚੰਗਾ ਹੋਊਗਾ। ਜੇ ਚੰਗਾ ਹੁੰਦਾ, ਜੇ ਲੋਕਾਂ 'ਚ ਪਾਪੂਲਰ ਹੁੰਦਾ, ਜਿੱਥੇ ਉਹਦੀ ਕਰਮ ਭੂਮੀ ਹੈ, ਜਿਹੜੀ ਚਮਕੌਰ ਸਾਹਿਬ ਹੈ ਜਨਮ ਭੂਮੀ, ਉਹਦਾ ਪਿੰਡ ਹੈ ਮੋਰਿੰਡੇ ਖਰੜ ਦੇ ਵਿੱਚ ਵਿਚਾਲੇ ਹੈ ਕਿਤੇ, ਚਮਕੌਰ ਤੋਂ MLA, ਜੇ ਉਹ ਐਜ਼ ਮਿਨਿਸਟਰ, ਮੈਂ ਕਹਿ ਸਕਦਾ, ਕਿਉਂਕਿ ਸ਼ਡਿਊਲ ਕਾਸਟ ਜਦੋਂ ਬੱਚਿਆਂ ਦੀਆਂ ਡਿਗਰੀਆਂ ਰੋਕੀਆਂ ਗਈਆਂ, ਉਹਨਾਂ ਦੇ ਸਕਾਲਰਸ਼ਿਪ ਰੋਕੇ ਗਏ, ਉਹਨਾਂ ਦੇ ਐਡਮਿਸ਼ਨ ਰੋਕੇ ਗਏ, ਉਹਨਾਂ ਨੂੰ ਰੋਲ ਨੰਬਰ ਰੋਕੇ ਗਏ, ਔਰ ਇਹਦਾ ਮਹਿਕਮਾ ਹੋਵੇ ਟੈਕਨੀਕਲ ਐਜੂਕੇਸ਼ਨ ਦਾ, ਕਾਲ ਹੋਈ ਮੈਨੂੰ, ਜਿਹੜੇ ਉਸ ਟਾਈਮ ਦੇ ਸਟੂਡੈਂਟ, SC ਸਟੂਡੈਂਟ ਯੂਨੀਅਨ ਬਣੀ ਹੋਈ ਸੀ, ਧਰਨਾ ਦਿੱਤਾ ਇੱਕ ਜਲੰਧਰ ਦੇ ਵਿੱਚ DC ਆਫਿਸ 'ਚ, ਮੈਂ ਧਰਨੇ 'ਚ ਸ਼ਾਮਲ ਹੋਇਆ। ਇਹ ਐਜ਼ ਮਿਨਿਸਟਰ, ਇਹ ਜਿਹੜੇ SC ਹੈ, ਚਾਹੇ MLA ਹੈ, ਚਾਹੇ ਮਿਨਿਸਟਰ ਹੈ, ਚਾਹੇ MP ਹੈ, ਚਾਹੇ ਉਹ ਕਾਂਗਰਸ ਦੇ ਨੇ, ਚਾਹੇ ਉਹ ਅਕਾਲੀ ਦਲ ਦੇ, ਅਤੇ ਕਿਸੇ ਨੇ ਵੀ ਉਹ ਬੱਚਿਆਂ ਦਾ ਕੋਈ ਹਾਦਾ ਨਾਰਾ ਨਹੀਂ ਮਾਰਿਆ। ਲੇਕਿਨ ਅੱਜ ਦੀ ਡੇਟ 'ਚ ਤਾਂ ਜਲੰਧਰ ਦੇ ਲੋਕ ਉਹਨਾਂ ਨੂੰ ਪਸੰਦ ਕਰ ਰਹੇ ਨਾ, ਜਿੱਤਣ ਦੀ ਜਿਹੜੇ ਸਰਵੇ ਆ ਰਹੇ ਆ ਕਿ ਜਿੱਤ ਸਕਦੇ ਆ ਚੰਨੀ ਹੋਰੀ। ਇਹ ਤਾਂ ਰਿਜ਼ਲਟ ਦੱਸੂਗਾ, ਇਹ ਤਾਂ 4 ਤਰੀਕ ਦੱਸੂਗੀ। ਚਮਕੌਰ ਕਹਿੰਦੇ ਲੈਗੈਸੀ ਮਗਰ ਚੱਲਦੀ ਹੈ, ਚਮਕੌਰ 'ਚ ਮੈਂ ਬਹੁਤ ਕੁਛ, ਮੇਰੇ ਚੰਗੇ ਕੰਮ ਕੀਤੇ ਹੋਣੇ, ਜੇ ਚੰਗੇ ਕੋਈ ਕੰਮ ਕਰਦਾ ਹੈ
ਤਾਂ ਲੋਕ ਤਾਂ ਉਹਨੂੰ ਪਿਆਰ ਕਰਦੇ ਨੇ, ਹਰਾਇਆ ਕਿਉਂ ਆ ਫਿਰ? ਜੇ ਚਮਕੌਰ ਦੇ ਲੋਕਾਂ 'ਚ ਵਿਸ਼ਵਾਸ ਨਹੀਂ ਸੀ ਫਿਰ ਐਜ ਚੀਫ ਮਿਨਿਸਟਰ ਭਦੌਰ ਲੜਿਆ ਦੂਜੀ ਸੀਟ 'ਤੇ, ਕਿਉਂਕਿ ਉਹਦੇ ਮਨ 'ਚ ਪਹਿਲੇ ਹੀ ਸੀ ਵੀ, ਕਿਉਂਕਿ ਜੇ ਚੰਗੇ ਕੰਮ ਕੀਤੇ ਹੁੰਦੇ ਤਾਂ ਉੱਥੋਂ ਕੌਂਸਟੀਚੁਐਂਸੀ ਦੂਸਰੀ ਕਿਉਂ ਲੈਂਦਾ ਚੀਫ ਮਿਨਿਸਟਰ ਦੇ, ਉੱਥੇ ਜਮਾਤ ਜ਼ਬਤ ਹੋਊਗੀ। ਹੁਣ ਜਲੰਧਰ 'ਚ ਕੀ ਲੱਗਦਾ ਤੁਹਾਨੂੰ? ਹੈ ਜਿਹੜਾ ਦੁਆਬੇ ਹੈ, ਦੁਆਬੇ ਦੇ ਤਾਂ ਲੋਕ ਬੜੇ ਇੰਟੈਲੀਜੈਂਟ ਨੇ, ਔਰ ਖਾਸ ਤੌਰ 'ਤੇ ਸ਼ਡਿਊਲ ਕਾਸਟ ਆਬਾਦੀ ਜ਼ਿਆਦਾ। ਇੱਕ ਸਰਟੀਫਿਕੇਟ ਨਹੀਂ ਚਾਹੀਦਾ ਕਿ ਇਹ ਸ਼ਡਿਊਲ ਕਾਸਟਾਂ ਦੇ ਘਰ ਜੰਮੇ ਹੈ, ਜਾਂ ਐੱਸ ਸੀ ਦਾ ਸਰਟੀਫਿਕੇਟ ਹੈ, ਉਹਦੀ ਕਾਰਗੁਜ਼ਾਰੀ ਵੀ ਦੇਖਣੀ ਹੈ ਉਹਨਾਂ ਨੇ। ਇਹ ਦੁਆਬੇ ਦੇ ਲੋਕ ਕਾਰਗੁਜ਼ਾਰੀ ਦੇਖਣਗੇ, ਕਿਆ ਸਕਾਲਰਸ਼ਿਪ ਸਕੈਮ ਜਿਹੜਾ ਹੋਇਆ ਸੀ ਉਹਦੇ 'ਚ ਇਹਦਾ ਰੋਲ ਕੀ ਰਿਹਾ, ਜਿਹੜੀ ਪੰਜਾਬ 'ਚ ਗੈਰ ਕਾਨੂੰਨੀ ਸ਼ਰਾਬ ਦੇ ਨਾਲ, ਜਿਹੜੀ ਜ਼ਹਿਰੀਲੀ ਸ਼ਰਾਬ ਦੇ ਨਾਲ ਪੰਜਾਬ ਦੇ ਵਿੱਚ ਸਿਰਫ 2 ਦਿਨਾਂ 'ਚ ਤਰਨ ਤਰਨ, ਅੰਮ੍ਰਿਤਸਰ ਔਰ ਬਟਾਲੇ 'ਚ ਤੁਸੀਂ 114 ਬੰਦੇ ਮਰੇ, 246 ਦੇ ਕਰੀਬ ਦਾਖਲ ਹੋਏ, ਉਹਨਾਂ ਦੀਆਂ ਕਿਡਨੀਆਂ ਫੇਲ, ਉਹਨਾਂ ਦੀਆਂ ਲੀਵਰ ਫੇਲ। ਕੌਣ ਜ਼ਿੰਮੇਵਾਰ ਸੀ? ਇਹ 20 ਦੀ ਗੱਲ ਹੈ, ਅਗਸਤ 7-8 ਅਗਸਤ ਦੀ ਗੱਲ ਹੈ, ਕਰੋਨਾ ਪੀਰੀਅਡ ਚੱਲਦਾ ਸੀ, ਹਜੇ ਹੋ ਸਕਦਾ ਹਜ਼ਾਰਾਂ ਲੋਕ ਮਰੇ ਹੁਣ ਕਰੋਨਾ 'ਚ ਜ਼ਹਿਰੀਲੀ ਸ਼ਰਾਬ ਨਾਲ। ਪਰ 2 ਦਿਨ ਦੇ ਵਿੱਚ ਇੱਕ ਐਸਾ ਇੱਕ ਸਕੈਮ ਹੋਇਆ, ਐਸਾ ਇੱਕ ਘਟਨਾ ਹੋਈ ਪੰਜਾਬ ਦੇ ਵਿੱਚ ਕਿ 346 ਬੰਦੇ ਜ਼ਹਿਰੀਲੀ ਸ਼ਰਾਬ ਨਾਲ ਹਸਪਤਾਲਾਂ 'ਚ ਦਾਖਲ ਹੋ ਗਏ, ਅੰਮ੍ਰਿਤਸਰ, ਤਰਨ ਤਾਰਨ, ਬਟਾਲੇ ਦੇ ਵਿੱਚ, ਔਰ ਉਹਨਾਂ 'ਚ 114 ਮਰੇ, ਔਰ ਜ਼ਿਆਦਾ ਸ਼ਡਿਊਲ ਕਾਸਟ 'ਤੇ। ਉਦੋਂ ਇਹ ਮੰਤਰੀ ਕਿਉਂ ਨਹੀਂ ਬੋਲੇ ਬਈ, ਜੇ ਇਹਨਾਂ ਨੂੰ ਹਮਦਰਦ ਹੈ, ਜਾਂ ਇਹ ਸਮਗਲਰਾਂ ਨਾਲ ਰਲੇ ਹੋਏ ਤੇ ਨਾ ਮਿਨਿਸਟਰ ਬੋਲੇ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਪ੍ਰਸਤੀ 'ਚ। ਮੈਂ ਕਾਂਗਰਸ ਦੇ ਨਾਲ ਹੋ ਜਾਂ ਕਾਂਗਰਸ ਦਾ ਤੁਸੀਂ ਵਿਰੋਧ ਕਰ ਰਹੇ ਹੋ, ਕਾਂਗਰਸ ਦੀ ਖਿਲਾਫਤ ਕਰ ਰਹੇ ਹੋ, ਕਾਂਗਰਸ ਦੇ ਨਾਲ ਹੋ ਜਾਂ ਕਾਂਗਰਸ? ਇੱਥੇ ਕਾਂਗਰਸ ਦਾ ਸਵਾਲ ਨਹੀਂ ਹੈ। ਜੇ ਕਾਂਗਰਸ ਕਿਸੇ ਮਾਫੀਆ ਨੂੰ ਘਟਾਉਂਦੀ ਹੈ, ਜਾਂ ਜਿਹੜੇ ਲੋਕ ਸਕੈਮ ਦੇ ਵਿੱਚ ਨੇ, ਮੈਂ ਉਹਨਾਂ ਨਾਲ ਨਹੀਂ ਹੈ। ਕੌਣ ਨੇ ਲੋਕ? ਕੋਈ ਵੀ ਜਿਹੜੇ ਵੀ ਕੈਂਡੀਡੇਟ, ਜਿਹੜੇ ਕੈਂਡੀਡੇਟ ਜਿਹੜੇ ਸਕੈਮਾਂ 'ਚ ਨੇ, ਕਿਹੜੇ ਕਿਹੜੇ ਨਾਮ ਦੱਸੋ ਤੁਸੀਂ, ਜੇ ਤੁਸੀਂ ਗੱਲ ਕਰ ਰਹੇ ਹੋ ਨਾਮ ਦੱਸੋ। ਪਬਲਿਕ ਜਾਣਦੀ ਹੈ, ਮੈਂ ਆਵਾਜ਼ ਉਠਾਉਂਦਾ ਰਿਹਾ। ਮੈਂ ਨਹੀਂ ਜਾਣਦਾ, ਦੱਸੋ ਮੈਂ ਜਿਹੜੀ ਗੱਲ, ਤੁਸੀਂ ਸਭ ਕੁਝ ਜਾਣਦੇ ਹੋ, ਤੁਹਾਨੂੰ ਕੋਈ ਨਹੀਂ ਨਾਮ ਦੱਸੋ, ਓਪਨਲੀ ਦੱਸੋ, ਤੁਹਾਨੂੰ ਸਾਰਾ ਕੁਝ ਪਤਾ ਹੈ। ਲੋਕ ਜਾਣਦੇ ਨੇ ਵੀ ਕੌਣ ਲੋਕ ਨੇ ਜਿਹੜੇ ਕੈਂਡੀਡੇਟ ਬਣਾਏ ਨੇ, ਮੈਂ ਇਹਨਾਂ ਦਾ ਪਹਿਲਾਂ ਵੀ ਵਿਰੋਧ ਕਰਦਾ ਰਿਹਾ। ਕਿੰਨੇ ਕੈਂਡੀਡੇਟ ਅਜਿਹੇ ਨੇ, ਕੈਂਡੀਡੇਟ ਕਿਉਂ ਬਣਾਉਂਦੇ ਹੋ, ਕਿੰਨੇ ਕੈਂਡੀਡੇਟ ਅਜਿਹੇ ਮਾਫੀਆ 'ਚ ਨੇ, ਜਿਨ੍ਹਾਂ ਦੀਆਂ ED ਦੇ ਕੋਈ ਇਨਕੁਆਰੀਆਂ ਵਿਜੀਲੈਂਸ 'ਚ ਚੱਲਦੇ ਨੇ, ਕਿਉਂ ਬਣਾਏ ਨੇ, ਕਿਉਂ ਬਣਾਏ ਨੇ, ਕਿਆ ਉਹਨਾਂ 'ਚ ਗੜਵਾ? ਇੱਕ ਬੰਦਾ CLP ਦੇ ਤੌਰ 'ਤੇ ਫੇਲ ਹੋਇਆ, ਇੱਕ ਮਿਨਿਸਟਰ ਦੇ ਤੌਰ 'ਤੇ ਸ਼ਡਿਊਲ ਕਾਸਟ ਸਰਟੀਫਿਕੇਟ ਜ਼ਰੂਰ ਹੈ, ਸ਼ਡਿਊਲ ਕਾਸਟਾਂ ਦੇ ਇੰਟਰਸਟ ਵਾਚ ਨਹੀਂ ਕੀਤੇ, ਬੱਚਿਆਂ ਦੇ ਭਵਿੱਖ ਖਰਾਬ ਕਰਤੇ ਨੇ, ਸ਼ਰਾਬ ਪੀ ਕੇ ਜ਼ਹਿਰੀਲੀ ਸ਼ਰਾਬ ਦੇ ਨਾਲ ਬੰਦੇ ਮਰੇ, ਉਦੋਂ ਨਹੀਂ ਬੋਲੇ। ਇੱਥੋਂ ਤੱਕ ਕਿ ਚੀਫ ਮਿਨਿਸਟਰ ਹੁੰਦੇ ਜਿਹੜੇ ਇੰਸਟੀਟਿਊਸ਼ਨਾਂ ਨੇ, ਮੈਂ ਕਹਿ ਸਕਦਾ ਜਿਨ੍ਹਾਂ ਨੇ ਵਜ਼ੀਫੇ ਖਾਧੇ, ਲੱਖਾਂ ਬੱਚਿਆਂ ਦਾ ਫਿਊਚਰ ਖਰਾਬ ਕੀਤਾ, ਉਹਨਾਂ ਦਾ ਕੈਬਨਿਟ ਦੇ ਵਿੱਚ ਉਹਨਾਂ ਦਾ 100 ਕਰੋੜ ਰੁਪਈਆ ਵਜਾਏ FIR ਲਿਖਦੇ, ਉਹਨਾਂ ਨੂੰ ਇਸਦੇ ਨੋਟਿਸ ਕਰਤਾ, ਉਹਨਾਂ ਨੂੰ ਉਹਨਾਂ 'ਤੇ FIR ਲਾਓ। ਕਿੰਨੀਆਂ ਸੀਟਾਂ ਇਸ ਵੇਲੇ ਲੱਗਦਾ ਪੰਜਾਬ 'ਚ ਕਾਂਗਰਸ ਜਿੱਤ ਸਕਦੀ? ਕਿੰਨੀਆਂ ਸੀਟਾਂ ਤੁਹਾਨੂੰ ਲੱਗਦਾ ਕੱਢ ਜਾਏਗੀ? ਇਹ ਤਾਂ ਦੇਖੋ, 4 ਇਹ ਤਾਂ 1 ਤਰੀਕ ਨੂੰ ਪਤਾ ਲੱਗੂ ਜਦੋਂ ਪੋਲਿੰਗ ਹੋਈ, 4 ਨੂੰ ਰਿਜ਼ਲਟ ਆਉਣ। ਕਿੰਨੇ ਥਾਵਾਂ 'ਤੇ ਕੈਂਡੀਡੇਟ ਸਹੀ ਨੇ? ਇਹ ਦੇਖੋ ਜੀ, ਇਹਨਾਂ ਨੇ 13 ਕੈਂਡੀਡੇਟ ਨੇ, 13 'ਚੋਂ 8 ਨੇ ਟਰਨ ਕੋਟ, 8 ਟਰਨ ਕੋਟ ਨੇ ਜਿਹੜੇ ਦੂਸਰੀਆਂ ਪਾਰਟੀਆਂ 'ਚੋਂ ਲਿਆਉਂਦੇ ਨੇ,
ਜਦੋਂ ਸਾਰੇ ਤੁਹਾਡੇ ਕੋਲ ਕੈਂਡੀਡੇਟ ਅਵੇਲੇਬਲ ਨੇ, ਠੀਕ ਹੈ। ਔਰ ਮੈਨੂੰ ਇਹ ਤਾਂ ਇਹ ਲੱਗਦਾ ਵੀ ਠੀਕ ਹੈ, ਇੰਡੀਆ ਗੱਠਜੋੜ ਹੋਇਆ ਹੋਇਆ, ਦਿੱਲੀ ਦੇ ਵਿੱਚ ਸਮਝੌਤਾ ਆਪ ਨਾਲ, ਹੋਰ ਕੰਟਰੀ ਦੇ ਵਿੱਚ ਵੀ, ਹਰਿਆਣੇ 'ਚ ਵੀ ਇੱਕ ਸੀਟ ਦਿੱਤੀ ਹੈ, ਇੱਥੇ ਸੀਕਰੇਟ ਐਗਰੀਮੈਂਟ ਹੋਇਆ ਹੋਇਆ ਮੈਨੂੰ ਲੱਗਦਾ। ਜਿਹੜੇ ਸਰਵੇਆਂ 'ਚ ਹਰਦੇ ਨੇ ਉਹਨਾਂ ਨੂੰ ਟਿਕਟਾਂ ਰਿਪੀਟ ਕਰਤੀਆਂ। ਦੂਸਰੀ ਗੱਲ, ਖਾਸ ਤੌਰ 'ਤੇ ਟਾਰਗੇਟ ਬਣਾ ਤੇ ਸ਼ਡਿਊਲ ਕਾਸਟ ਲੀਡਰਸ਼ਿਪ, ਜਿਹੜੀ ਸਾਡੀ ਸ਼ਡਿਊਲ ਕਾਸਟ ਲੀਡਰਸ਼ਿਪ ਸੀ, ਉਹ 'ਚ ਚਾਹੇ ਮੈਂ ਹਾਂ, ਚਾਹੇ ਕੋਈ ਆਪਣੇ ਕੇ ਪੀ ਸਾਹਿਬ ਹੈ, ਉਹ ਤਾਂ ਪਾਰਟੀ ਛੱਡ ਗਏ, ਇਸੇ ਤਰ੍ਹਾਂ ਸੰਤੋਖ ਸਿੰਘ ਦੀ ਵਾਈਫ ਤੀ, ਇਸੇ ਤਰ੍ਹਾਂ ਹੁਸ਼ਿਆਰਪੁਰ ਚਲੇ ਜਾਓ, ਸੰਤੋਖ ਚੌਧਰੀ ਜਿਹੜੀ ਐਕਸ ਮਿਨਿਸਟਰ ਰਹੀ ਹੈ, ਉੱਥੇ ਪਵਨ ਆਦਿਆ ਇੱਕ ਵਾਲਮੀਕੀ ਲੀਡਰ, ਉਹ ਵੀ ਟਿਕਟ ਮੰਗਦਾ ਸੀ। ਜੇ ਸਾਨੂੰ ਨਹੀਂ ਦੇਣਾ ਟਿਕਟ ਕਿਸੇ ਨੂੰ ਵੀ, ਤੁਸੀਂ ਕਮ ਸੇ ਕਮ ਕਾਂਗਰਸੀਆਂ ਨੂੰ ਤਾਂ ਦਿਓ, ਜਿਹੜੀਆਂ ਦੂਸਰੀ ਪਾਰਟੀ ਜਿਹੜੀ ਉੱਥੇ ਲੜਕੀ ਹੈ ਇੱਕ ਨਿਆਮੀ, ਮੇਰਾ ਖਿਆਲ ਹੈ ਗਰੋਵਰ ਯਾਮਨੀ ਗੋਵਰ, ਉਹ ਆਪ 'ਚ ਹੁੰਦੀ ਸੀ ਕਿਸੇ ਟਾਈਮ, ਸੋ ਉਹ 14 'ਚ ਇਲੈਕਸ਼ਨ ਲੜੀ, 16 'ਚ ਉਹ ਪਾਰਟੀ 'ਚ ਉਹਨੂੰ ਕੱਢਤਾ, ਰੀਜ਼ਨ ਕੀ ਹੈ ਪਤਾ ਨਹੀਂ, ਇਹ ਆਪ ਵਾਲਿਆਂ ਨੂੰ ਪਤਾ, ਇਹ ਕਾਂਗਰਸ ਜੁਆਇਨ ਕਰਤੀ, ਉਹਦੇ ਬਾਅਦ ਵਿੱਚ ਘਰ ਬੈਠੀ ਹੈ। ਇਸੇ ਤਰ੍ਹਾਂ ਫਰੀਦਕੋਟ 'ਚ ਉੱਥੇ ਅਮਰਜੀਤ ਕੌਰ ਸਾਹੋ ਕੇ ਹੈ, ਉੱਥੇ ਜਗਦਰਸ਼ਨ ਕੌਰ ਲੇਡੀ ਜਿਹੜੀ ਹੈ, ਪਿੱਛੇ ਇਲੈਕਸ਼ਨ 2 ਲੜੀ ਹੈ MLA ਦੇ, ਔਰ ਪਾਪੂਲਰ ਹੈ, ਡਿਸਟ੍ਰਿਕਟ ਦੀ ਪ੍ਰੈਜੀਡੈਂਟ ਵੀ ਰਹੀ ਹੈ, ਜਦੋਂ ਲੋਕਲ ਤੁਹਾਡੇ ਕੋਲ ਹੈਗੇ ਨੇ। ਮੁਹੰਮਦ ਸਦੀਕ ਸੀ, ਉਹਦੀ ਟਿਕਟ ਕੱਟ ਕੇ, ਜਾਂ ਜਗਦਰਸ਼ਨ ਕੌਰ ਦੀ, ਜਿਹੜਾ ਕਾਂਗਰਸ ਹੀ ਹੈ, ਇਹ ਅਕਾਲੀ ਦਲ 'ਚ 17 'ਚ MLA ਦੀ ਇਲੈਕਸ਼ਨ ਕਿਹਨੇ ਕੀਤਾ? ਇਹ ਇਸ ਦੇ ਲਈ ਪ੍ਰਧਾਨ ਜ਼ਿੰਮੇਵਾਰ ਹੈ ਜਾਂ ਪ੍ਰਤਾਪ ਬਾਜਵਾ ਜ਼ਿੰਮੇਵਾਰ ਹੈ, ਕੌਣ ਜ਼ਿੰਮੇਵਾਰ ਹੈ? ਸਿਰ ਇਹ 'ਚ ਜਿਹੜੇ ਕੰਸਰਨ ਜਿਹੜੇ ਟਿਕਟਾਂ ਦੇ ਵਿੱਚ ਟਿਕਟਾਂ ਦੇਣ ਵਾਲੇ ਨੇ, ਰਿਕਮੈਂਡ ਕਰਨ ਵਾਲੇ ਨੇ, ਉਹ ਜ਼ਿੰਮੇਵਾਰ ਹੈ। ਟਕਸਾਲੀ ਕਾਂਗਰਸੀਆਂ ਨੂੰ ਨਹੀਂ ਪੁੱਛਿਆ ਜਾ ਰਿਹਾ? ਦਲਿਤ ਭਾਈਚਾਰੇ ਨੂੰ ਨਹੀਂ ਪੁੱਛਿਆ ਜਾ ਰਿਹਾ? ਮੈਂ ਕਿਹਾ ਇਹਨਾਂ ਨੇ ਦਲਿਤ ਜਿਹੜੀ ਪਾਪੂਲਰ ਲੀਡਰਸ਼ਿਪ ਹੈ, ਉਹ ਤਾਂ ਘਰ ਬਹਾ ਤੀ, ਆ ਕਿਰਾਏ ਦੇ ਟੱਟੂ ਜਿਹਨੂੰ ਕਹਿੰਦੇ ਹੁੰਦੇ ਆ ਕਈ ਵਾਰੀ, ਔਖੇ ਸਮੇਂ 'ਤੇ ਅਸੀਂ ਕੰਮ ਆਏ ਹਾਂ ਕਾਂਗਰਸ ਦੇ, ਅੱਤਵਾਦ ਦੀ ਲੜਾਈ ਅਸੀਂ ਲੜੀ, KP ਸਾਹਿਬ ਦੇ ਫਾਦਰ ਦੀ ਕੁਰਬਾਨੀ ਹੋਈ, ਹੈਂਜੀ, ਚੌਧਰੀ ਜਗਤ ਰਾਮ ਤ੍ਰਿਲੋਚਨ ਸੂੰਡ ਦਾ ਫਾਦਰ, ਉਹ ਅੱਤਵਾਦੀਆਂ ਨੇ ਮਾਰਿਆ, ਇਸੇ ਤਰ੍ਹਾਂ ਪਿਆਰਾ ਰਾਮ ਧਨੋਵਾਲੀ ਜਲੰਧਰ, ਜਿਹੜੀ ਦੁਆਬੇ ਦੀ ਲੀਡਰਸ਼ਿਪ ਹੈ, ਇੱਕ ਮਾਲਵੇ 'ਚੋਂ ਰਿਜੈਕਟਡ ਬੰਦਾ ਤੁਸੀਂ ਦੁਆਬੇ 'ਚ ਪੁੱਟ ਕਰਦੇ ਹੋ, ਇੱਥੋਂ ਕੀ ਲੱਗਦਾ ਵੀ ਤੁਹਾਡੀ ਮਿਲੀ ਭਗਤ ਹੈ ਆਪ ਵਾਲਿਆਂ ਨਾਲ, ਕਿ ਕੁਛ ਸੀਟਾਂ ਇਹੋ ਜਿਹੇ ਕੈਂਡੀਡੇਟ ਦੇ ਦਿਓ ਕਿ ਆਪ ਵਾਲੇ ਮੱਲੋ ਮੱਲੀ ਜਿੱਤ ਜਾਣ? ਤੁਸੀਂ ਕਿਹਾ ਕਿਰਾਏ ਦੇ ਲਿਆਂਦੇ, ਕੌਣ ਨੇ ਕਿਰਾਏ ਦੇ ਲਿਆਂਦੇ? ਕਦੇ ਵੀ ਜਿਹੜਾ ਕਿਰਾਏ, ਕਿਹੜੇ ਕਿਹੜੇ ਲੀਡਰ ਕਿਹੜੇ ਨੇ, ਕਿਹੜੇ ਕਿਹਨਾਂ ਦਾ ਨਾਂ ਲੈ ਰਹੇ ਹੋ ਤੁਸੀਂ? ਜਿਹੜਾ ਬੰਦਾ ਕੋਈ ਵੀ ਜਿਹੜਾ ਦੂਸਰੀ ਪਾਰਟੀ 'ਚੋਂ ਲਿਆਉਂਦਾ ਹੈ, ਇੱਕ ਪਾਰਟੀ ਬਦਲਦਾ, ਦੋ ਪਾਰਟੀ, ਕਿਹਦਾ ਨਾਮ ਲਓ ਨਾ, ਕਿਰਾਏ ਦੇ ਲੀਡਰ ਕਿਹੜੇ? ਬਹੁਤ ਹੈਗੇ, ਨਾਮ ਲਓ 3-4। ਮੈਂ ਕਹਿੰਦਾ ਬਹੁਤ ਨੇ, ਤੁਸੀਂ 8 ਦੀ ਗਿਣਤੀ ਕਰ ਲਓ ਪੰਕਜ ਜੀ, 8 ਬੰਦੇ ਉਹ ਨੇ ਜਿਹੜੇ ਆਇਆ ਰਾਮ ਗਿਆ ਰਾਮ ਹੈ। ਕੋਈ ਟਾਈਮ ਹੁੰਦਾ ਸੀ ਹਰਿਆਣਾ ਮਸ਼ਹੂਰ ਹੁੰਦਾ ਸੀ, ਅੱਜ ਪੰਜਾਬ 'ਚ ਇਹ ਮਸ਼ਹੂਰੀ ਹੈ, ਔਰ ਕਿਸੇ ਪਾਰਟੀ ਦਾ ਸਿਧਾਂਤ ਨਹੀਂ ਰਿਹਾ, ਸਾਰਿਆਂ ਨੂੰ ਸਾਰੇ ਲਿਆਏ ਨੇ। ਤੁਹਾਨੂੰ ਤੁਹਾਡੇ 'ਤੇ ਨੋਟਿਸ ਹੋ ਸਕਦਾ ਤੁਹਾਡੇ ਬਿਆਨਾਂ ਨੂੰ ਲੈ ਕੇ, ਕਿਉਂਕਿ ਤੁਸੀਂ ਅਖੀਰਲੇ ਦਿਨਾਂ 'ਚ ਬਿਆਨ ਦੇ ਕੇ ਕਾਂਗਰਸ ਦਾ ਨੁਕਸਾਨ ਹੋ ਸਕਦਾ? ਮੈਂ ਫਾਊਂਡਰ ਮੈਂਬਰ ਹਾਂ ਕਾਂਗਰਸ ਦਾ, ਕਾਂਗਰਸ ਦੀ ਭਲਾਈ ਦੀ ਗੱਲ ਕਰਦਾ, ਇਹ ਕੋਈ ਮਾੜੀ ਗੱਲ ਨਹੀਂ ਹੈ। ਮੈਂ ਚਮਚਾਗਿਰੀ ਨਹੀਂ ਕਰਦਾ ਹੁੰਦਾ, ਕਿਉਂਕਿ ਅਸੀਂ ਕਾਂਗਰਸ ਬਚਾਈ ਹੈ। ਜਦੋਂ ਕਾਂਗਰਸ ਦਾ ਨਾਂ ਨਹੀਂ ਸੀ ਕੋਈ ਲੈਂਦਾ ਕਹਿੰਦਾ,
ਲੁਧਿਆਣੇ ਚ ਪ੍ਰਧਾਨ ਉਤਰੇ ਮੈਦਾਨ ਚ ਰਵਨੀਤ ਸਿੰਘ ਬਿੱਟੂ ਦੇ ਖਿਲਾਫ਼। ਸੁਣ ਤਾਂ ਲਓ, ਬੇਅੰਤ ਸਿੰਘ ਆਰ ਐਲ ਪਾਰਟੀ ਤੋਂ ਲੈ ਕੇ ਅਸੀਂ, ਮੈਂ ਆਰ ਐਲ ਪਾਰਟੀ ਨਾਲ ਜਨਰਲ ਸੈਕਟਰੀ ਗਿਆ, ਜਨਰਲ ਸਪੈਰੋ ਨਾਲ ਵਾਈਸ ਪ੍ਰੈਜੀਡੈਂਟ ਨੇ ਹੈ, ਰੰਧਾਵਾ ਸਾਹਿਬ ਸਾਡੇ ਪ੍ਰੋਮੀਨੈਂਟ ਸੁੱਖੀ ਰੰਧਾਵੇ ਦੇ ਫਾਦਰ ਸਾਹਿਬ ਸੰਤੋਖ ਸਿੰਘ ਜੀ ਰੰਧਾਵਾ, ਅਸੀਂ ਉਹਨਾਂ ਨਾਲ ਕੰਮ ਕੀਤਾ, ਬੇਅੰਤ ਸਿੰਘ ਨਾਲ ਮੈਂ ਰਿਹਾ। ਮੇਰੀ ਟੈਂਟ ਦਾ ਅਟੈਕ ਮੇਰੇ 'ਤੇ ਹੋਇਆ ਤਿੰਨ ਵਾਰੀ, ਮੇਰੇ ਖੰਨੇ ਦਫ਼ਤਰ 'ਚ ਹੋਇਆ 1 ਮਈ 1986 ਨੂੰ, ਚਾਰ ਬੰਦੇ ਫੱਟੜ ਹੋਏ, ਇੱਕ ਮਰਿਆ, ਮੈਂ ਬਚਿਆ, ਤਿੰਨ ਅਟੈਂਪਟ 'ਚ ਮੈਂ ਬਚਿਆ। ਕਾਂਗਰਸ ਅਸੀਂ ਬਣਾਉਣ ਵਾਲੇ ਹਾਂ, ਜਿਹੜੇ ਅੱਜ ਕਾਂਗਰਸ ਜਿਹਨਾਂ ਨੂੰ ਟਿਕਟਾਂ ਦਿੱਤੀਆਂ, ਇਹ ਉਦੋਂ ਇਹ ਫੈਮਿਲੀਆਂ ਮਿਲੀਟੈਂਸੀ ਦੀ ਸਪੋਰਟ ਕਰਦੇ ਤੇ, ਖਾਲਿਸਤਾਨ ਦੀ ਸਪੋਰਟ ਕਰਦੇ ਤੇ, ਅਸੀਂ ਕਿਉਂ ਚੁੱਪ ਰਹਿ ਜਾਈਏ, ਕਿਉਂ ਨਾ ਬੋਲੀਏ? ਜੇ ਕਾਂਗਰਸੀਆਂ ਸੀ, ਜੇ ਅਸੀਂ ਇਹਨਾਂ ਦੇ ਚਮਚੇ ਹੈ, ਫਿਰ ਜਿਹੜੇ ਚਮਚੇ ਹੈ ਉਹ ਨਹੀਂ ਬੋਲਦੇ, ਦੁਗਲੋ ਤਾਂ ਬੋਲਦਾ ਰਹੂਗਾ ਹਮੇਸ਼ਾ। ਜਦ ਮੈਂ ਰਾਜਾ ਵੜਿੰਗ ਲੁਧਿਆਣੇ 'ਚ ਕਿਵੇਂ ਕੈਂਡੀਡੇਟ ਤੁਸੀਂ ਦੇਖਦੇ ਹੋ? ਨਹੀਂ, ਰਾਜਾ ਵਰਿੰਦ ਵਰਿੰਗ ਕਾਂਗਰਸਮੈਨ ਹੈ, ਉਹਨੂੰ ਕਹਿ ਕੌਣ ਕਹਿ ਸਕਦਾ ਨਹੀਂ ਕਾਂਗਰਸਮੈਨ, ਉਹ ਕਾਂਗਰਸਮੈਨ ਹੈ, ਉਹ ਥੱਲੇ ਆਪਣੇ ਯੂਥ ਕਾਂਗਰਸ ਪ੍ਰਧਾਨ ਠੀਕ ਨੇ। ਇਹ ਤਾਂ ਪ੍ਰਧਾਨ, ਦੇਖੋ ਇਹ ਪ੍ਰਧਾਨਗੀ ਉਹਨਾਂ ਦੀ, ਕਦੇ ਕੋਈ ਬਣਦਾ ਕਦੇ ਕੋਈ ਬਣਦਾ, ਕਈ ਇਹ ਮੈਨੂੰ ਐਂ ਲੱਗਦਾ ਵੀ ਇਹ ਇਹ ਇਹਨਾਂ ਨੇ ਦੋਵੇਂ ਜਿਹੜੇ ਪ੍ਰਧਾਨ ਔਰ ਜਿਹੜੇ CLP ਦਾ ਲੀਡਰ, ਇਹਨਾਂ ਨੇ ਟਕਸਾਲੀ ਜਿਹੜੇ ਕਾਂਗਰਸ ਬੈਂਡ ਤੇ, ਖਾਸ ਤੌਰ 'ਤੇ ਸ਼ਡਿਊਲ ਕਾਸਟ ਲੀਡਰ 'ਚ, ਉਹਨਾਂ ਦਾ ਜਿਹੜਾ ਉਹਨਾਂ ਲਈ ਇਹਨਾਂ ਨੇ ਸਟੈਂਡ ਨਹੀਂ ਲਿਆ, ਇਹ ਸਰੈਂਡਰ ਕਰ ਗਏ ਦਿੱਲੀ ਦੇ ਅੱਗੇ, ਦਿੱਲੀ ਦੀ ਸੁਪਰੀਮ ਲੀਡਰਸ਼ਿਪ ਥੱਲੇ, ਕਿਉਂਕਿ ਫੈਸਲੇ ਦਿੱਲੀ ਹੀ ਕਹਿੰਦੇ ਨੇ, ਜਿਹੜੀ ਸਾਡੀ ਪਾਰਟੀ ਦਾ ਸੁਪਰੀਮ ਲੀਡਰ ਹੈ ਉਹਨੂੰ, ਉਹ ਜਿਹਨੂੰ ਚਾਹੁੰਦਾ ਜਿਹਦੀ ਉਹਦੀ ਲਾਈਕਿੰਗ ਹੈ, ਉੱਥੇ ਸਰੈਂਡਰ ਕਰ ਗਏ। ਮੈਂ ਕਹੂੰਗਾ ਕਿ ਇਹਨਾਂ ਨੇ ਆਪਣਾ ਜੋ ਇਹਨਾਂ ਨੂੰ ਇੱਕ ਰੋਲ ਅਦਾ ਕਰਨਾ ਚਾਹੀਦਾ ਸੀ ਐਜ਼ ਪ੍ਰੈਜੀਡੈਂਟ, ਐਜ਼ CLP ਲੀਡਰ, ਕਾਂਗਰਸ ਦੇ ਇੰਟਰਸਟ, ਕਾਂਗਰਸ ਦੇ ਕੁਰਬਾਨੀ ਵਾਲੇ ਫੈਮਿਲੀਆਂ ਦਾ ਇੰਟਰਸਟ ਨਹੀਂ ਦੇਖਿਆ। ਦੁੱਲੋ ਸਾਹਿਬ ਕਾਂਗਰਸ 'ਚ ਰਹਿਣਗੇ ਜਾਂ ਆਮ ਆਦਮੀ ਪਾਰਟੀ 'ਚ ਚਲੇ ਜਾਣਗੇ? ਤੁਹਾਡਾ ਬੇਟਾ ਆਮ ਆਦਮੀ ਪਾਰਟੀ 'ਚ ਗਿਆ, ਤੁਹਾਡੇ ਪਤਨੀ ਗਏ ਨੇ, ਤੁਸੀਂ ਕਾਂਗਰਸ 'ਚ ਹੀ ਰਹੋਗੇ ਜਾਂ ਤੁਸੀਂ ਤਿਆਰੀ ਕਰ ਰਹੇ ਹੋ ਕਾਂਗਰਸ ਛੱਡਣ ਦੀ? ਮੇਰਾ ਬੇਟਾ ਆਮ ਆਦਮੀ ਪਾਰਟੀ ਹੈ ਹੀ ਨਹੀਂ, ਜਿਵੇਂ ਆਮ ਆਦਮੀ ਪਾਰਟੀ ਉਹ ਪਿਛਲਾ ਪਾਰਲੀਮੈਂਟ ਦਾ ਚੋਣ ਲੜਿਆ, ਲੜਾਇਆ ਪਾ ਐਕਟੀ ਕਿਉਂ ਨਹੀਂ ਫਿਰ ਲੜਾਇਆ ਉਹਨੂੰ? ਨਹੀਂ, ਤੁਸੀਂ ਕਾਂਗਰਸ ਕਾਂਗਰਸ ਹੀ ਰਹੋਗੇ, ਕਾਂਗਰਸ ਹੀ ਰਹੋਗੇ, ਬਦਲੋਗੇ ਤਾਂ ਨਹੀਂ? ਹੁਣ ਬਾਕੀ ਹੁਣ ਕਰ ਕਾਗਦਾ ਹੋਇਆ ਬਦਲ ਕੀ ਹੋ ਗਿਆ, ਹੁਣ ਤਾਂ ਟਿਕਟਾਂ ਵੀ ਹੋ ਗਈਆਂ, ਸਾਨੂੰ ਤਾਂ ਬਥੇਰੇ ਬੜੇ ਬੜੇ ਲੀਡਰ ਸਾਡੇ ਨੂੰ ਚਾਹੁੰਦੇ ਤੇ, ਪਰ ਅਸੀਂ ਕਾਂਗਰਸ ਜਿਹੜੀ ਜਿਹੜੇ ਬੰਦ ਕਾਂਗਰਸ ਦੇ ਵਿੱਚ ਮਾਫੀਆ ਦੇ ਖਿਲਾਫ ਹੈ, ਚਾਹੇ ਕਿਸੇ ਪਾਰਟੀ 'ਚ ਹੋਵੇ ਚਾਹੇ ਦੂਸਰੀਆਂ ਪਾਰਟੀਆਂ ਦਾ। ਸਿੱਧੂ ਤੁਹਾਡੇ ਬੜੇ ਕਲੋਜ਼ ਨੇ, ਉਹ ਪ੍ਰਚਾਰ ਨਹੀਂ ਕਰ ਰਹੇ ਕਾਂਗਰਸ ਲਈ, ਸਟਾਰ ਪ੍ਰਚਾਰਕ ਵੀ ਬਣਾਇਆ, ਸਿੱਧੂ ਹੋਰਾਂ ਦਾ ਕੀ ਮੂਡ ਕੀ ਹੈ? ਇਹ ਤਾਂ ਤੁਸੀਂ ਸਿੱਧੂ ਨਾਲ ਗੱਲ ਕਰੋ, ਤੁਹਾਡੇ ਸਾਥੀ ਤੁਹਾਡੇ ਨਾਲ ਮੀਟਿੰਗ ਵੀ ਕੀਤੀ ਜਦੋਂ ਆਈ, ਕੀ ਕਿਹਾ ਸਿੱਧੂ? ਦੇਖੋ ਮੇਰਾ ਸਾਥ ਚੰਗਾ ਬੰਦਾ ਹੈ, ਉਹ ਕਰਾਊਡ ਪੁੱਲਰ ਹੈ, ਇਮਾਨਦਾਰ ਬੰਦਾ, ਉਹ ਪਾਪੂਲਰ ਬੰਦਾ ਹੈ, ਉਹਦੇ ਮਗਰ ਜਿੱਥੇ ਜਾਂਦਾ ਲੋਕ ਇਕੱਠੇ ਹੁੰਦੇ ਨੇ, ਕਰੇਜ਼ ਹੈ ਲੋਕਾਂ 'ਚ, ਇਹ ਤਾਂ ਹੁਣ ਉਹੀ ਜਵਾਬ ਦੇ ਸਕਦਾ ਕਿਉਂ ਨਹੀਂ ਜਾਂਦਾ। ਤੁਹਾਡੀ ਗੱਲਬਾਤ ਹੋਈ, ਤੁਸੀਂ ਉਹਨਾਂ ਤਾਂ ਹੁੰਦੀ ਰਹਿੰਦੀ ਹੈ, ਕੀ ਕਹਿੰਦੇ ਹੋ? ਮੇਰੀ ਹੁੰਦੀ ਰਹਿੰਦੀ ਹੈ ਗੱਲਬਾਤ, ਕੀ ਕਹਿੰਦੇ? ਪਰ ਉਹ ਦੇਖੋ ਮੈਂ ਆਪਣੀ ਜਗ੍ਹਾ, ਸਿੱਧੂ ਆਪਣੀ ਜਗ੍ਹਾ, ਮੈਂ ਚੰਗੇ ਬੰਦਿਆਂ ਦੇ ਨਾਲ ਧੱਕਾ ਹੋਇਆ, ਸਿੱਧੂ ਨਾਲ ਕਾਂਗਰਸ 'ਚ ਧੱਕਾ ਹੋਇਆ, ਦੇਖੋ ਇਹ ਤਾਂ ਉਹ ਦੱਸ ਸਕਦਾ, ਪਰ ਜੇ ਮੈਂ ਕਹਿ ਸਕਦਾ ਸਿੱਧੂ ਕਾਂਗਰਸ 'ਚ ਹੈਗਾ, ਉਹਨੂੰ ਤਾਂ ਉਹ ਜਿਵੇਂ, ਕਿਉਂਕਿ ਜਿਹੜੀ ਜਿਹਦੇ ਬੰਦਿਆਂ ਦੀ ਸੋਚ ਹੈ ਪੰਕਜ ਜੀ, ਉਹ ਆਪਣੀ ਸੋਚ ਦੇ ਮੁਤਾਬਕ ਗੱਲ ਕਰਦੇ ਨੇ, ਠੀਕ ਹੈ। ਅਸੀਂ ਸਿੱਧ ਮੇਰੇ ਬਾਰੇ ਤੁਸੀਂ ਵੀ ਹੁਣ ਕੁਐਸਚਨ ਕੀਤਾ,
ਸਾਰੀ ਉਮਰ ਤਾਂ ਅਸੀਂ ਪਾਰਟੀ ਚਲਾਤੀ। ਪਾਰਟੀ ਜਦੋਂ ਅੱਤਵਾਦ ਦੇ ਵਿੱਚ ਕਾਂਗਰਸ ਦਾ ਝੰਡਾ ਨਹੀਂ ਸੀ ਚੱਕਦਾ, ਉਦੋਂ ਅਸੀਂ ਕਾਂਗਰਸ ਨੂੰ ਖੜ੍ਹਾ ਕੀਤਾ। ਉਹ ਜ਼ਮਾਨੇ 'ਚ ਜਿਹੜੇ ਕਾਂਗਰਸ ਨੂੰ ਕਾਂਗਰਸੀਆਂ ਨੂੰ ਮਰਵਾਉਂਦੇ ਤੇ ਅੱਤਵਾਦੀਆਂ ਨਾਲ ਰਲੇ ਹੋਏ ਨੇ, ਅੱਜ ਉਹ ਵੱਖ ਵੱਖ ਪਾਰਟੀਆਂ 'ਚ ਨੇ। ਇਹਦੇ 'ਚ ਮੈਂ ਕਹਾਂਗਾ, ਤੁਸੀਂ ਗੱਲ ਕੀਤੀ ਆ, ਜਿਹੜੀ ਐਸੀ ਲੀਡਰਸ਼ਿਪ ਹੈ ਸਾਡੀ ਦੁਆਬੇ ਦੀ, ਚਾਹੇ ਸੰਤੋਖ ਸਿੰਘ ਦੀ ਵਾਈਫ ਦਾ ਕੀ ਕਸੂਰ ਹੈ, ਉਹਨੂੰ ਟਿਕਟ ਕਿਉਂ ਨਹੀਂ ਦਿੱਤੀ? ਇਹ ਮੈਂ ਕੁਐਸਚਨ ਕਰਦਾ ਅੱਜ ਵੀ, ਕਿਉਂਕਿ ਉਹਦਾ ਜਿਹੜਾ ਘਰ ਵਾਲਾ ਸੀ ਉਹ ਚੌਧਰੀ ਸੰਤੋਖ ਸਿੰਘ, ਉਹ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਉਹ ਦਮ ਤੋੜ ਗਿਆ, ਬਜਾਏ ਉਹਨੂੰ ਰਿਵਾਰਡ ਦੇਣ ਦੀ। ਇੱਕ ਉਹਨੇ, ਮੈਂ ਸਮਝਦਾ ਕਾਂਗਰਸ ਲਈ ਉਹਨੇ ਸ਼ਹੀਦੀ ਉਹ ਪਾਈ ਆ, ਆਪਾਂ ਜੇ ਮੰਨ ਲਈਏ, ਉਹਨੂੰ ਜਲੀਲ ਕੀਤਾ ਗਿਆ ਔਰਤ ਨੂੰ ਕਾਂਗਰਸ ਦੇ ਲੀਡਰਾਂ ਨੇ। ਉਹ BJP 'ਚ ਤਾਂ ਗਈ ਹੈ, KP ਸਾਹਿਬ ਨੂੰ ਜਲੀਲ ਕੀਤਾ ਤਾਂ ਉਹ ਦੂਸਰੇ ਪਾਸੇ ਗਿਆ। ਇਹ ਤਾਂ ਮੇਰੇ ਵਰਗਾ ਖੜ੍ਹਾ ਜੀ, ਸਾਨੂੰ ਵੀ ਡੀ ਤੋਂ ਬਾਹਰ ਰੱਖਣਾ ਚਾਹੁੰਦੇ ਹੈ। ਔਰ ਮੈਂ ਜਲੀਲ ਕੀਤਾ ਜਾਂਦਾ, ਮੈਂ ਕਹਿੰਦਾ ਇਹ ਜਿਹੜੀ ਇਹ ਚਾਹੁੰਦੇ ਨੇ ਨਾ ਵੀ ਜਿਹੜੇ ਪਾਪੂਲਰ ਲੀਡਰ ਨੇ ਜਿਹਨਾਂ ਨੂੰ ਲੋਕ ਪਿਆਰ ਕਰਦੇ ਨੇ, ਕਾਂਗਰਸ 'ਚੋਂ ਡੀ 'ਚੋਂ ਬਾਹਰ ਰਹਿਣ। ਜਿਹੜੇ ਦੂਸਰੇ ਬਾਰੇ ਸੋਚਦੇ ਆ ਕਹਿੰਦਾ ਡੀ 'ਚੋਂ ਬਾਹਰ, ਲੋਕ ਉਹਨਾਂ ਨੂੰ ਬਾਹਰ ਕਰ ਦੇਣਗੇ। ਜਿਹੜਾ ਕਿਸੇ ਦੀ ਖੂਹ ਪੱਟਦਾ ਉਹਨੂੰ, ਕਿਸੇ ਨੂੰ ਗੇਰਨ ਲਈ, ਉਹ ਕਹਿੰਦੇ ਨੇ ਵੀ ਇਹਨਾਂ ਨੂੰ ਖਤਮ ਕਰੋ ਪੋਲੀਟੀਕਲੀ। ਉਹ ਅਸੀਂ ਖਤਮ ਨਹੀਂ ਹੋਣਾ, ਕਿਉਂਕਿ ਅਸੀਂ ਲੋਕਾਂ ਦੇ ਲੀਡਰ ਹੈ। ਇਹ ਤਾਂ ਚਾਂਸ ਨਾਲ MLA MP ਬਣ ਜਾਂਦੇ ਨੇ ਜਾਂ ਪੈਸੇ ਦੇ ਜ਼ੋਰ ਨਾਲ ਟਿਕਟਾਂ ਲੈ ਲੈਂਦੇ ਨੇ। ਇਸ ਕਰਕੇ ਲੋਕ ਇਹਨਾਂ ਨੂੰ ਕਦੇ ਬਰਦਾਸ਼ਤ ਉਹ ਨਹੀਂ ਕਰਨਗੇ ਬਿਲਕੁਲ ਵੀ, ਜਿਹੜੇ ਖਾਸ ਤੌਰ 'ਤੇ ਦਲ ਬਦਲੂ ਹੈ। ਠੀਕ ਹੈ, ਤਾਂ ਇਹ ਸਨ ਸ਼ਮਸ਼ੇਰ ਸਿੰਘ ਦੁੱਲੋ, ਸਾਬਕਾ ਕਾਂਗਰਸ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਪਾਰਲੀਮੈਂਟ, ਸਾਬਕਾ ਰਾਜ ਸਭਾ ਮੈਂਬਰ ਪਾਰਲੀਮੈਂਟ। ਕਾਂਗਰਸ ਦੀਆਂ ਟਿਕਟਾਂ ਅਤੇ ਨਾਲ ਹੀ ਨਾਲ ਜਿਹੜੇ ਨਵੇਂ ਲੀਡਰ ਉਭਰ ਕੇ ਆਏ ਨੇ ਉਹਨਾਂ ਨੂੰ ਲੈ ਕੇ ਪਾਰਟੀ ਆਲਾ ਕਮਾਨ ਦੇ ਉੱਤੇ ਸਵਾਲ ਖੜ੍ਹੇ ਕਰ ਰਹੇ ਨੇ, ਜਿਸ ਗੱਲ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਕਾਂਗਰਸ ਦੇ ਅੰਦਰ ਹੀ ਕਾਂਗਰਸ ਨੂੰ ਹਰਾਉਣ ਦੇ ਲਈ ਕਾਂਗਰਸ ਦੇ ਲੀਡਰ ਹੀ ਬਹੁਤ ਨੇ, ਬਾਹਰੋਂ ਕਾਂਗਰਸ ਦੇ ਲੀਡਰਾਂ ਨੂੰ ਅਟੈਕ ਕਰਨ ਦੀ ਲੋੜ ਨਹੀਂ ਹੈ। ਧੜੇਬੰਦੀ 2022 'ਚ ਵੀ ਸੀ, ਧੜੇਬੰਦੀ 2024 'ਚ ਵੀ ਨਜ਼ਰ ਆਉਂਦੀ ਹੈ, ਔਰ ਇਸਦਾ ਕਿੰਨਾ ਨੁਕਸਾਨ ਹੋਏਗਾ ਇਹ ਹੁਣ 4 ਤਰੀਕ ਦੇ ਨਤੀਜੇ ਦੱਸਣਗੇ। ਕੈਮਰਾਮੈਨ ਵਿਨੋਦ ਦੇ ਨਾਲ ਪੰਕਜ ਕਪਾਈ, ਨਿਊਜ਼ 18, ਸ਼੍ਰੀ ਫਤਿਹਗੜ੍ਹ ਸਾਹਿਬ।